ਬੈਂਕ ਚੋਂ ਵਿਆਹ ਲਈ ਕਢਵਾਏ ਸੀ 10 ਲੱਖ, ਬਾਈਕ ਤੇ ਰੱਖ ਲਿਜਾ ਰਹੇ ਸੀ ਸਾਰੀ ਨਕਦੀ, ਪਿੱਛੋਂ ਆਏ ਲੁਟੇਰੇ ਬੈਗ ਚੁੱਕੇ ਹੋਏ ਫਰਾਰ, ਗੋਲੀ ਵਾਂਗੂ ਆਏ ਪਲਕ ਝਪਕਦੇ ਲੈ ਉੱਡੇ ਸਾਰੇ ਪੈਸੇ। ਤਾਂ ਦੱਸ ਦਈਏ ਕਿ ਪਤੀ ਪਤਨੀ ਨੇ ਆਪਣੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ, ਜਿਸ ਲਈ ਉਹਨਾਂ ਦੇ ਵੱਲੋਂ ਬੈਂਕ ਦੇ ਵਿੱਚੋਂ 10 ਲੱਖ ਰੁਪਏ ਦੀ ਰਕਮ ਕਢਵਾਈ ਗਈ ਸੀ। ਤਾਂ ਇਹ ਸਾਰੇ ਪੈਸੇ ਆਪਣੀ ਬਾਈਕ ਦੀ ਟੈਂਕੀ 'ਤੇ ਰੱਖ ਕੇ ਲਿਜਾ ਰਹੇ ਸੀ, ਤਾਂ ਪਿੱਛੋਂ 2 ਬਾਈਕ ਸਵਾਰ ਲੁਟੇਰੇ ਆਉਂਦੇ ਨੇ ਅਤੇ ਸਾਰੇ ਪੈਸੇ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ CCTV ਕੈਮਰੇ ਦੇ ਵਿੱਚ ਵੀ ਇਹ ਵਾਰਦਾਤ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਵੀ ਇਹ ਲੁਟੇਰੇ ਕੈਦ ਹੋਏ ਨੇ, ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਜਾਂਦੀ ਬਾਈਕ ਤੋਂ ਪੈਸਿਆਂ ਵਾਲਾ ਬੈਗ ਚੁੱਕਿਆ ਗਿਆ ਹੈ ਅਤੇ ਫਿਰ ਗੋਲੀ ਵਾਂਗੂ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਹੁਣ ਸੂਚਨਾ ਪੁਲਿਸ ਨੂੰ ਮਿਲ ਗਈ ਹੈ। ਪੁਲਿਸ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਤਾਂ ਵੱਡੀ ਲੁੱਟ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਕੀਤੀ ਗਈ ਹੈ, ਜਿੱਥੇ ਪਤੀ ਪਤਨੀ ਵਿਆਹ ਦੇ ਲਈ ਇਹ ਪੈਸੇ ਬੈਂਕ 'ਚੋਂ ਕਢਵਾ ਕੇ ਲਿਆਏ ਸੀ, ਪਰ ਇਹਨਾਂ ਦੇ ਵੱਲੋਂ ਮੌਕੇ ਤੋਂ ਲੁੱਟ ਕੀਤੀ ਗਈ ਅਤੇ ਫਿਰ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ। ਕੇਂਦਰਾ ਬੈਂਕ ਤੋਂ ਉਹਨਾਂ 10 ਲੱਖ ਰੁਪਇਆ ਕੈਸ਼ ਚੜਾਇਆ ਸੀ, ਕਢਾ ਕੇ ਉਹਨਾਂ ਨੇ ਮੋਟਰਸਾਈਕਲ ਦੇ ਅੱਗੇ ਟੈਂਕੀ ਦੇ ਬੈਗ ਰੱਖ ਲਿਆ ਜੀ, ਪ੍ਰੋਪਰ ਫੜਿਆ ਹੋਇਆ ਨਹੀਂ ਸੀ, ਪਿੱਛੋਂ 2 ਬਾਈਕ ਵਾਲੇ ਆਏ, ਉਹ ਬੈਗ ਉਸ ਤਰ੍ਹਾਂ ਚੱਕ ਕੇ ਉਸ ਤਰ੍ਹਾਂ ਹੀ ਭੱਜ ਗਏ। ਕਿੰਨੇ ਪੈਸੇ ਸਰ? ਉਹ 10 ਲੱਖ ਰੁਪਇਆ ਦੱਸ। ਹੋਰ ਕੋਈ ਦੱਸਿਆ ਜੀ ਉਹਨਾਂ ਨੇ ਕਿਸ ਵਾਸਤੇ ਕਢਾਏ ਸੀ, ਜਿਵੇਂ ਅਸੀਂ ਕੀ ਕਰਨਾ ਸੀਗਾ ਜੀ? ਅੱਜ ਤਾਂ ਤਫਤੀਸ਼ ਜਾ ਰਹੀ ਹੈ ਜੀ, ਇਹਦੇ ਪਤਾ ਕਰਾਂਗੇ ਸਰ। ਰਿਪੋਰਟ ਦਰਜ ਕਰਾ ਗਏ ਸਰ? ਹਾਂਜੀ ਹਾਂਜੀ। ਕਿੱਥੋਂ ਦੇ ਰਹਿਣ ਵਾਲੇ ਸਾਰੇ? ਇਹਨਾਂ ਨੇ ਹੇੜੇ ਪਿੰਡ ਦੇ ਜੀ। ਬੈਂਕ ਚੋਂ ਵਿਆਹ ਲਈ ਕਢਵਾਏ ਸੀ 10 ਲੱਖ, ਬਾਈਕ ਤੇ ਰੱਖ ਲਿਜਾ ਰਹੇ ਸੀ ਸਾਰੀ ਨਕਦੀ, ਪਿੱਛੋਂ ਆਏ ਲੁਟੇਰੇ ਬੈਗ ਚੁੱਕੇ ਹੋਏ ਫਰਾਰ, ਗੋਲੀ ਵਾਂਗੂ ਆਏ ਪਲਕ ਝਪਕਦੇ ਲੈ ਉੱਡੇ ਸਾਰੇ ਪੈਸੇ। ਤਾਂ ਦੱਸ ਦਈਏ ਕਿ ਪਤੀ ਪਤਨੀ ਨੇ ਆਪਣੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ, ਜਿਸ ਲਈ ਉਹਨਾਂ ਦੇ ਵੱਲੋਂ ਬੈਂਕ ਦੇ ਵਿੱਚੋਂ 10 ਲੱਖ ਰੁਪਏ ਦੀ ਰਕਮ ਕਢਵਾਈ ਗਈ ਸੀ। ਤਾਂ ਇਹ ਸਾਰੇ ਪੈਸੇ ਆਪਣੀ ਬਾਈਕ ਦੀ ਟੈਂਕੀ 'ਤੇ ਰੱਖ ਕੇ ਲਿਜਾ ਰਹੇ ਸੀ, ਤਾਂ ਪਿੱਛੋਂ 2 ਬਾਈਕ ਸਵਾਰ ਲੁਟੇਰੇ ਆਉਂਦੇ ਨੇ ਅਤੇ ਸਾਰੇ ਪੈਸੇ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ CCTV ਕੈਮਰੇ ਦੇ ਵਿੱਚ ਵੀ ਇਹ ਵਾਰਦਾਤ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਵੀ ਇਹ ਲੁਟੇਰੇ ਕੈਦ ਹੋਏ ਨੇ, ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਜਾਂਦੀ ਬਾਈਕ ਤੋਂ ਪੈਸਿਆਂ ਵਾਲਾ ਬੈਗ ਚੁੱਕਿਆ ਗਿਆ ਅਤੇ ਫਿਰ ਗੋਲੀ ਵਾਂਗੂ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਹੁਣ ਸੂਚਨਾ ਪੁਲਿਸ ਨੂੰ ਮਿਲ ਗਈ ਹੈ। ਪੁਲਿਸ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਤਾਂ ਵੱਡੀ ਲੁੱਟ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਕੀਤੀ ਗਈ ਹੈ, ਜਿੱਥੇ ਪਤੀ ਪਤਨੀ ਵਿਆਹ ਦੇ ਲਈ ਇਹ ਪੈਸੇ ਬੈਂਕ 'ਚੋਂ ਕਢਵਾ ਕੇ ਲਿਆਏ ਸੀ, ਪਰ ਇਹਨਾਂ ਦੇ ਵੱਲੋਂ ਮੌਕੇ ਤੋਂ ਲੁੱਟ ਕੀਤੀ ਗਈ ਅਤੇ ਫਿਰ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ। ਕੇਂਦਰਾ ਬੈਂਕ ਤੋਂ ਉਹਨਾਂ 10 ਲੱਖ ਰੁਪਇਆ ਕੈਸ਼ ਚੜਾਇਆ ਸੀ, ਕਢਾ ਕੇ ਉਹਨਾਂ ਨੇ ਮੋਟਰਸਾਈਕਲ ਦੇ ਅੱਗੇ ਟੈਂਕੀ ਦੇ ਬੈਗ ਰੱਖ ਲਿਆ ਜੀ, ਪ੍ਰੋਪਰ ਫੜਿਆ ਹੋਇਆ ਨਹੀਂ ਸੀ, ਪਿੱਛੋਂ 2 ਬਾਈਕ ਵਾਲੇ ਆਏ, ਉਹ ਬੈਗ ਉਸ ਤਰ੍ਹਾਂ ਚੱਕ ਕੇ ਉਸ ਤਰ੍ਹਾਂ ਹੀ ਭੱਜ ਗਏ। ਕਿੰਨੇ ਪੈਸੇ ਸਰ? ਉਹ 10 ਲੱਖ ਰੁਪਇਆ ਦੱਸ। ਹੋਰ ਕੋਈ ਦੱਸਿਆ ਜੀ ਉਹਨਾਂ ਨੇ ਕਿਸ ਵਾਸਤੇ ਕਢਾਏ ਸੀ, ਜਿਵੇਂ ਅਸੀਂ ਕੀ ਕਰਨਾ ਸੀਗਾ ਜੀ? ਅੱਜ ਤਾਂ ਤਫਤੀਸ਼ ਜਾ ਰਹੀ ਹੈ ਜੀ, ਇਹਦੇ ਪਤਾ ਕਰਾਂਗੇ ਸਰ। ਰਿਪੋਰਟ ਦਰਜ ਕਰਾ ਗਏ ਸਰ? ਹਾਂਜੀ ਹਾਂਜੀ। ਕਿੱਥੋਂ ਦੇ ਰਹਿਣ ਵਾਲੇ ਸਾਰੇ? ਇਹਨਾਂ ਨੇ ਹੇੜੇ ਪਿੰਡ ਦੇ ਜੀ। ਹਾਂਜੀ, ਹਸਬੈਂਡ ਵਾਈਫ। ਹੁਣ ਪੁਲਿਸ ਕੀ ਕਾਰਵਾਈ ਕਰੇ ਸਰ? ਤਫਤੀਸ਼ ਜਾ ਰਹੀ ਹੈ ਜੀ, FIR ਦਰਜ ਕਰਕੇ ਆਪਾਂ ਛਾਣਬੀਣ ਕਰ ਰਹੇ ਹਾਂ ਜੀ ਅੱਗੇ ਤੱਕ।
ਬੈਂਕ ਤੋਂ ਹੀ ਹੋਈ ਹੈ ਜੀ ਇਸ ਤਰ੍ਹਾਂ ਇਸ ਬਾਰੇ ਤਫਤੀਸ਼ ਜਾਰੀ ਹੈ ਜੀ ਬਾਕੀ ਬਾਅਦ ਠੀਕ ਹੈ ਜੀ ਥੈਂਕ ਯੂ।